ਵੀਰ ਸਿੰਘ ਕੋਲ ਤਿੰਨ ਟਰੱਕ ਹੈ ਜੀ। ਇਹ ਟਰੱਕਾਂ ਦਾ ਬਾਹਰ ਲੈ ਕੇ ਜਾਂਦਾ ਜੀ, ਆਉਂਦਾ ਪੁਲਿਸ ਨੇ ਇਹਨਾਂ ਨੂੰ, ਪੁਲਿਸ ਨੇ ਇਹਨਾਂ ਨੂੰ ਫੜ ਲਿਆ, ਫੜ ਕੇ ਤੇ ਬਿਠਾ ਲਿਆ ਇਹਨੇ ਫਤਿਹ ਨੂੰ। ਅੰਗਰੇਜ਼ ਨੇ ਲਿਆ ਕੇ ਤੇ ਇਹਨੂੰ ਪਰਚਾ ਦੇ ਦਿੱਤਾ ਜੀ। ਇਹਨਾਂ ਦੀ ਜਿਹੜੀ ਨਾ ਜਾਤੀਆਂ ਬਹੁਤ ਵੱਧ ਚੁੱਕੀਆਂ ਸੀ ਫਿਰੋਜ਼ਪੁਰ ਦੇ ਵਿੱਚ, ਅੱਜ ਜਿਹੜਾ ਹੋਣੀ ਸੈਂਟਰਲੀ 90 ਨੰਬਰ ਐਫ ਆਈ ਆਰ ਲਓ ਜੀ ਅੰਗਰੇਜ਼ ਸਿੰਘਾਂ ਦੇ ਖਿਲਾਫ ਹੋਈ ਹੈ, ਜਿਹਦੇ ਕਿ ਇੰਸਪੈਕਟਰ ਬਾਜਵੇ ਕੋਲੋਂ ਕੱਲ੍ਹ ਨੂੰ 4.5 ਕਿਲੋ ਨਸ਼ੀਲਾ ਪਾਊਡਰ, ਅਨਕਾਊਂਟਡ ਜਿਹੜੀਆਂ ਗੋਲੀਆਂ ਫੜੀ ਗਈਆਂ। ਅਸੀਂ ਕੋਰਟ ਖੜੇ ਹੁੰਦੇ ਹਾਂ ਜਦੋਂ ਪੈਰੀ ਵਾਸਤੇ ਕਲੈਂਸ ਦੇ ਤੁਹਾਨੂੰ ਪੁੱਛਦੇ ਜੀ ਵੀ ਕਿੱਥੋਂ ਲੈ ਗਏ ਪੁਲਿਸ, ਪੁਲਿਸ ਫਾਸਟ ਕਿੱਥੇ ਪਾਉਂਦੀ ਹੈ ਰਿਕਵਰੀ, ਇਹਨੂੰ ਕਹਿੰਦੇ ਕਿੱਥੋਂ ਆਉਂਦੀ ਹੈ, ਤੁਸੀਂ ਅਰੇਂਜ ਕਰਦੇ ਹੋ ਤੁਹਾਡੇ ਕੋਲ ਫੜੀ ਜਾਂਦੀ ਹੈ। ਹੁਣ ਇਹ ਗੱਲਾਂ ਜਿਹੜੀਆਂ ਇਸ ਰਿਕਵਰੀ ਤੋਂ ਸਾਬਤ ਹੁੰਦੀਆਂ ਵੀ ਪੁਲਿਸ ਕੋਲ ਆਪਦੇ ਘਰੇ ਮਾਲ ਪਿਆ ਹੁੰਦਾ ਜਾਂ ਗੱਡੀ ਪਿਆ ਹੁੰਦਾ ਇਹਨਾਂ ਕੋਲ, ਜਿਹੜਾ ਬੰਦਾ ਫੜਿਆ ਜੇ ਸੌਦਾ ਹੋ ਗਿਆ ਤੇ ਛੱਡਤਾ, ਸੌਦਾ ਨਾ ਹੋਇਆ ਉਹ ਜਿਹੜੀ ਰਿਕਵਰੀ ਪਾ ਕੇ ਕਮਰਸ਼ੀਅਲ ਨੋਨ ਕਮਰਸ਼ੀਅਲ ਇਹਨਾਂ ਦਾ ਕਰਨ ਦੇ ਬਸ ਹੈਗਾ। ਹੁਣ ਆ ਜਿਹੜਾ ਪਰਦਾ ਜਿਹੜਾ ਖੁੱਲਿਆ ਜਾਂਦਾ 90 ਨੰਬਰ ਐਫ ਆਈ ਆਰ ਵਾਲਾ, 86 ਲੱਖ ਰੁਪਇਆ ਇਜ਼ ਨੋਟ ਅ ਸਮਾਲ ਅਮਾਊਂਟ, ਕਹਿਣ ਲੱਗੇ ਕੰਨਾਂ ਚੋਂ ਹਵਾ ਨਿਕਲਦੀ ਗਰਮ ਗਰਮ ਜੀ, ਸੇਕ ਨਿਕਲਦਾ ਕੰਨਾਂ ਚੋਂ। 5 ਲੱਖ ਰੁਪਏ ਰਿਕਵਰੀ ਵਹਾ ਕੇ ਉਹਦੇ ਚੋਂ, 1 ਕਿਲੋ ਹੀ ਉਹਨੂੰ ਖਾਤੀ, ਜਦਕਿ ਉਹਨਾਂ ਪਾਰਟੀਆਂ ਦੇ ਤਫਤੀਸ਼ ਦੇ ਵਿੱਚ ਹਜੇ ਤੱਕ ਗੱਲ ਆ ਰਹੀ ਹੈ ਵੀ ਉਹਨਾਂ ਕੋਲ ਹੀਰੋਈ ਕੋਈ ਨਹੀਂ ਸੀਗੀ। ਚੰਗਾ ਬੰਦਾ ਤਫਤੀਸ਼ ਕਰਾ ਲਿਆ ਆਪਦੀ, ਚੰਗਾ ਬੰਦਾ ਇਨਵੈਸਟੀਗੇਟ ਕਰਾ ਲਏ, ਚੰਗਾ ਬੰਦਾ ਸੀਐਮ ਤੱਕ ਪਹੁੰਚ ਜਾਵੇ, ਮਾੜਾ ਬੰਦਾ ਜੇ ਮੈਂ ਕਹਿੰਦਾ ਦਾਵੇ ਨਾਲ ਮਾੜਾ ਬੰਦਾ SSP ਦੇ ਗੇਟ ਵੜ ਕੇ ਵਹਾ ਦੇਵੇ, ਉਹਨੇ ਸਾਹ ਨਹੀਂ ਮਿਲ ਸਕਦਾ, ਉਹ ਕੰਬੇ ਗਲਤ ਤੱਕ ਮਰ ਗਈਆਂ ਉਹਨਾਂ। ਕੀ ਮੰਗ ਕਰਦੇ ਹੋ ਫਿਰ? ਅਸੀਂ ਮੰਗ ਕਰਦੇ ਹਾਂ, ਇਹ ਅੱਜ ਪ੍ਰੈਸ ਦੇ ਸਾਹਮਣੇ ਇਸ ਕਰਕੇ ਆ ਕੇ ਬੈਠੇ ਨੇ, ਇਹਨਾਂ ਨੂੰ ਬੋਲਿਆ ਨਹੀਂ ਜਾ ਰਿਹਾ। ਦੇ ਆਰ ਨੋਟ ਇਨ ਅ ਪੋਜੀਸ਼ਨ ਟੂ ਟਾਕ ਐਂਡ ਡਿਸਕਲੋਜ਼ ਬਿਫੋਰ ਯੂ ਦਾ ਐਂਟਾਇਰ ਫੈਕਟ। ਇਹ ਸਾਲ ਲੈਣ ਵਾਸਤੇ ਐਵੇਂ ਜਿਵੇਂ ਅੰਗਰੇਜ਼ ਧੱਕਾ ਇਹਨਾਂ ਨੇ ਕੀਤਾ, ਅੰਗਰੇਜ਼ ਨੇ ਪਰਮਾਤਮਾ ਸਜ਼ਾ ਦੇ ਦਿੱਤੀ ਹੈ, ਅੰਗਰੇਜ਼ ਦੀ ਪੁਲਿਸ ਪਾਰਟੀ ਨੂੰ ਪਰਮਾਤਮਾ ਸਜ਼ਾ ਦੇ ਦਿੱਤੀ ਹੈ, ਪਰ ਕਿਉਂਕਿ ਇਹਨਾਂ ਤੇ ਜਿਹੜੀ ਫਾਸਟ ਐਪਲੀਕੇਸ਼ਨ ਹੋਈ ਹੈ ਇਹਨਾਂ ਨੂੰ ਬੇਗੁਨਾਹ ਕੀਤਾ ਜਾਵੇ। ਅਦਾਲਤ ਕੋਲ ਤਾਂ ਸਬੂਤ ਚਾਹੀਦੇ ਆ, ਪੁਲਿਸ ਜਿਹੜੀ ਤਫਤੀਸ਼ ਕਰਕੇ ਜਿਵੇਂ ਸੀਐਮ ਸਾਹਿਬ ਨੇ ਆਪ ਇਨਵੈਸਟੀਗੇਟ ਕਰਾ ਕੇ, DGP ਨੇ ਆਪ ਕਰਾ ਕੇ ਇਹਨਾਂ ਨੂੰ ਨਾਮਜ਼ਦ ਦੋਸ਼ੀ ਕੀਤਾ, ਇਸ ਤਰ੍ਹਾਂ ਇਹਨਾਂ ਦੇ ਜੇ ਨਾਮਜ਼ਦ ਹੋਏ ਨੇ ਇਹਨਾਂ ਨੂੰ ਬੇਗੁਨਾਹ ਕੀਤਾ ਜਾਵੇ। ਮੈਂ ਪਿੰਡ ਬਾਲੇਵਾਲ ਦਾ ਰਹਿਣ ਵਾਲਾ ਜੀ, ਮੇਰੇ ਜੋ ਰਿਲੇਟਿਵ ਨੇ ਜਿਨ੍ਹਾਂ ਨਾਲ ਧੱਕਾ ਹੋਇਆ ਪਿੰਡ ਜਤਾਲਾ ਦੇ ਰਹਿਣ ਵਾਲੇ ਨੇ ਜੀ, ਜਿਹੜੇ ਕਿ ਟਰੱਕ ਦਾ ਕੰਮ ਕਰਦੇ ਨੇ, ਤੇ ਉਹਨਾਂ ਦੇ ਫੀਮ ਦਾ ਪੁਲਿਸ ਮੁਲਾਜ਼ਮ ਨੂੰ ਨਜਾਇਜ਼ ਪਰਚਾ ਪਾ ਦਿੱਤਾ ਗਿਆ, ਜਿਹਦੇ ਕਰਕੇ ਅਸੀਂ ਉਹ ਇਨਸਾਫ ਲੈਣ ਵਾਸਤੇ ਅੱਜ ਆਏ। ਕਿਵੇਂ ਨਜਾਇਜ਼ ਕਿਵੇਂ ਪਾ ਦਿੱਤਾ ਗਿਆ, ਕੀ ਸਾਬਤ ਕਰ ਰਹੇ ਤੁਸੀਂ, ਕਹਿ ਰਹੇ ਨਜਾਇਜ਼ ਪਾ ਦਿੱਤਾ ਗਿਆ, ਕਿਹੜੇ ਡਿਪਾਰਟਮੈਂਟ ਹੈ ਜਾਂ ਪੁਲਿਸ ਦਾ ਕਿਹੜੀ ਸੈੱਲ ਵੱਲੋਂ ਪਾਇਆ ਗਿਆ? ਇਹ ਨਾਰਕੋਟਿੰਗ ਸੈੱਲ ਜ਼ਿਲ੍ਹਾ ਫਿਰੋਜ਼ਪੁਰ ਉਹਨਾਂ ਵੱਲੋਂ ਪਾਇਆ ਗਿਆ ਜੀ, ਕਿਉਂਕਿ ਜਿਹਨੂੰ ਚੱਕਿਆ ਸਰ ਅੰਗਰੇਜ਼ ਸਿੰਘ ਸਨ ਆਫ ਪਰਮਜੀਤ ਸਿੰਘ, ਉਹਨੂੰ ਘਰੋਂ ਚੁੱਕ ਕੇ ਨਜਾਇਜ਼ ਉਹਦੇ ਤੇ ਪਰਚਾ ਪਾਇਆ ਗਿਆ ਜੀ। ਤੁਹਾਡੇ ਕੋਲ ਕੋਈ ਸਬੂਤ ਹੈ ਇਸ ਸੰਬੰਧੀ? ਹਾਂਜੀ ਹਾਂਜੀ, ਸਾਡੇ ਕੋਲ ਹੈ ਸਬੂਤ ਜੀ, ਸਾਡੇ ਕੋਲ ਕੈਮਰੇ ਦੀਆਂ ਫੋਟੋਆਂ ਪਈਆਂ ਹੋਈਆਂ ਜੀ, ਬਕਾਇਦਾ ਪ੍ਰੂਫ ਦੇ ਘਰ ਤੇ, ਨੰਬਰਦਾਰ ਸਾਹਿਬ ਜਿਨ੍ਹਾਂ ਕੋਲ ਉਹਨਾਂ ਨੇ ਆਣ ਕੇ ਘਰ ਦਾ ਐਡਰੈਸ ਪੁੱਛਿਆ ਉਹ ਇੱਥੇ ਹੈਗੇ ਨੇ ਜੀ।